ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ। ਮੈਂ ਰਤਨਦੀਪ ਸਿੰਘ ਧਾਲੀਵਾਲ। ਇੱਕ ਫੇਰ ਮਿੱਟੀ ਦੇ ਪੁੱਤਾਂ ਦਾ ਸੰਮੇਲਨ ਹੋ ਰਿਹਾ ਹੈਗਾ ਤੇ ਸਾਡੇ ਨਾਲ ਮੌਜੂਦ ਨੇ ਬਾਈ ਮੱਟ ਸ਼ੇਰੋਂ ਵਾਲਾ। ਬਾਈ ਜੀ, ਕਿਵੇਂ ਦੇਖ ਰਹੇ ਹੋ ਸਿਸਟਮ ਹੁਣ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਆਰਐਮਪੀ ਟੀਵੀ ਦਾ ਮੈਂ ਵੀ ਬਹੁਤ ਰਿਣੀ ਹਾਂ ਜਿਨ੍ਹਾਂ ਨੇ ਮੈਨੂੰ ਦਰਸ਼ਕਾਂ ਦੇ ਰੂਬਰੂ ਕਰਾਇਆ। ਮੈਂ ਇਹ ਕਹਿੰਦਾ ਕਿ ਮਜ਼ਦੂਰ ਮੁਲਾਜ਼ਮ ਕਿਸਾਨ ਵੀ ਆਪਣੇ ਨੇ, ਮਜ਼ਦੂਰ ਮੁਲਾਜ਼ਮ ਕਿਸਾਨ ਵੀ ਆਪਣੇ ਨੇ, ਬਜ਼ੁਰਗ ਵੀ ਆਪਣੇ ਨੇ ਅਤੇ ਨੌਜਵਾਨ ਵੀ ਆਪਣੇ ਨੇ। ਹਿੰਦੂ ਸਿੱਖ ਵੀ ਸਾਡੇ ਨੇ ਆਪਣੇ ਨੇ ਅਤੇ ਮੁਸਲਮਾਨ ਵੀ ਆਪਣੇ ਨੇ, ਕੌਡੀ ਦੇ ਖਿਡਾਰੀ ਵੀ ਆਪਣੇ ਅਤੇ ਭਲਵਾਨ ਵੀ ਆਪਣੇ ਨੇ, ਹਰ ਧਰਮ ਸਥਾਨ ਆਪਣੇ ਨੇ। ਜਿਹੜੇ ਲੋਕ ਕਹਿੰਦੇ ਸੀ ਕਿ ਬਜ਼ੁਰਗ ਵਰਸੇ 'ਚ ਨੌਜਵਾਨ ਮੈਚ ਚੱਲ ਪਿਆ, ਉਹ ਵਹਿਮ ਹੈ ਉਹਨਾਂ ਦਾ। ਇੱਕੋ ਟੀਮ ਹੈ, ਇੱਕੋ ਟੀਮ ਦੇ ਖਿਡਾਰੀ ਨੇ ਅਤੇ ਟੀਮ ਜਿੱਤੂਗੀ ਸਾਡੀ। ਭਾਈ, ਸੋਸ਼ਲ ਮੀਡੀਆ ਤੁਸੀਂ ਵੀ ਬੜਾ ਚਲਾਉਂਦੇ ਹੋ, ਕੀ ਤਜਰਬਾ ਹਾਸਲ ਕੀਤਾ ਹੈਗਾ ਵੀ ਜਿਹੜਾ ਇਹ ਭੰਬਲ ਭੂਸਾ ਪਾਇਆ ਜਾਂਦਾ ਹੈਗਾ, ਹੈ ਨਾ, ਤੁਸੀਂ ਵੀ ਉਹ ਚੀਜ਼ਾਂ ਆਪਦੇ ਆਪ ਨਾਲ ਹੰਡਾਂਡਾਂਗੀਆਂ, ਗਾਲਾਂ ਪੈਂਦੀਆਂ, ਬੜਾ ਕੁਛ ਕਿਹਾ ਜਾਂਦਾ, ਕਦੇ ਕਾਮਰੇਡ ਕਿਹਾ ਜਾਂਦਾ, ਕਦੇ ਸਿੱਖਾਂ ਦਾ ਵਿਰੋਧੀ ਕਿਹਾ ਜਾਂਦਾ, ਵੀ ਇਹ ਬੰਦੇ ਕੌਣ ਨੇ ਜਿਹੜੀਆਂ ਇਹ ਚੀਜ਼ਾਂ ਕਰਦੇ? ਜਿਹੜਾ ਆਈ ਟੀ ਸੈੱਲ ਹੈ, ਕੀ ਆ, ਕਿਹੋ ਜਿਹਾ? ਮੈਂ ਕਹਿੰਦਾ ਵੀ ਜਾਗਣਾ ਪੈਣਾ ਆਪਾਂ ਨੂੰ ਬੜੀ ਹੋਸ ਨਾਲ, ਮਨ ਨੀਵਾਂ ਮਤ ਉੱਚੀ, ਮਨ ਨੀਵਾਂ ਦੇਣੀ, ਜਜ਼ਬਾਤਾਂ ਨਾਲ ਖੇਡਣਗੇ ਸਾਡੇ ਇਹ, ਅਤੇ ਦਿਮਾਗ ਉੱਚਾ ਰੱਖਣਾ ਪੈਣਾ ਆਪਾਂ ਨੂੰ, ਦਿਮਾਗ ਡੂੰਘਾ ਰੱਖਣਾ ਪੈਣਾ। ਇਹ ਆਪਣੇ ਨਾਲ ਖੇਡਣਗੇ, ਜਾਣ ਕੇ ਧਾਰਮਿਕ ਦੀ ਰਾਜਨੀਤਿਕ ਰਾਜਨੀਤੀ ਖੇਡਣਗੇ ਸਾਡੇ ਨਾਲ, ਇਹ ਸਾਨੂੰ ਉਲਝਾਉਣਗੇ। ਸਾਡਾ ਮੁੱਦਾ ਸਿਰਫ ਸੰਘਰਸ਼ ਹੈ, ਕਿਸਾਨੀ ਸੰਘਰਸ਼ ਹੈ ਸਾਡੇ 'ਚ, ਜਾਣ ਕੇ ਹੋਰ ਮੁੱਦਾ ਵਾੜ ਕੇ, ਕਦੇ ਹਿੰਦੂ ਦਾ, ਕਦੇ ਸਿੱਖ ਦਾ, ਕਦੇ ਮੁਸਲਮਾਨ ਦਾ, ਸਾਨੂੰ ਆਪਣੇ ਮੁੱਦੇ ਤੋਂ ਭੜਕਾਉਣਗੇ। ਕਿਤਨਾ ਕਿਤੇ ਕਰੋਨਾ ਵਿੱਚ ਵਾੜ ਕੇ ਸਾਨੂੰ ਕਹਿਣਗੇ, ਕਿਉਂਕਿ ਪਿਛਲੇ 6 ਮਹੀਨਿਆਂ ਤੋਂ ਆਪਾਂ ਮੂੰਹ ਨਾਲ ਮੂੰਹ ਜੋੜੀ ਬੈਠੇ ਹਾਂ ਉੱਥੇ, ਅਤੇ ਇੱਕ ਥਾਲੀ 'ਚ ਰੋਟੀ ਖਾ ਰਿਹਾ, ਅਤੇ ਹਰਿਆਣਾ ਵਾਲੇ ਇੱਕ ਹੁੱਕੇ ਨੂੰ 50 ਬੰਦੇ ਪੀ ਰਹੇ ਨੇ, ਉੱਥੇ ਕਰੋਨਾ ਹੁੰਦਾ ਨਹੀਂ। ਕਰੋਨਾ ਇਹਨਾਂ ਦਾ ਬੜਾ ਆਗਿਆਕਾਰੀ ਪੁੱਤ ਹੈ ਜੀ, ਜਿੱਥੇ ਇਹ ਕਹਿੰਦੇ ਨੇ ਉੱਥੇ ਜਾਂਦਾ, ਜਿੱਥੇ ਨਹੀਂ ਕਹਿੰਦੇ ਉੱਥੇ ਨਹੀਂ ਜਾਂਦਾ, ਇਹਨਾਂ ਦੇ ਵਿਆਹਾਂ 'ਚ ਨਹੀਂ ਜਾਂਦਾ, ਇਹ ਸਿਰਫ ਅਤੇ ਸਿਰਫ ਰਾਜਨੀਤੀਆਂ ਖੇਡਦੇ, ਅਤੇ ਆਪਾਂ ਨੂੰ ਜਾਗਣਾ ਪੈਣਾ, ਆਪਾਂ ਨੂੰ ਹੋਸ਼ ਰੱਖਣੀ ਪੈਣੀ ਹੈ, ਜੋਸ਼ ਵੀ ਅਤੇ ਹੋਸ਼ ਵੀ ਇਹ ਸਾਡੇ ਨਾਲ ਕਦੋਂ ਗੇਮ ਖੇਡ ਜਾਣਗੇ। ਕਿ ਸੁਣੋ ਕਿਸਾਨੋ, ਨੌਜਵਾਨੋ, ਛੋਟੀ ਜਿਹੀ ਗੱਲ ਮੇਰੀ ਪਾਉਣ ਨਹੀਂ ਦੇਣੀ ਗੇਮ ਪਾਉਣ ਨੂੰ, ਫਿਰਦੇ ਨੇ ਜਿਹੜੀ ਇਹਦਾ ਲੀਡਰਾਂ ਹੱਥੋਂ ਪਹਿਲਾਂ ਵੀ ਆਪਾਂ ਕਿੰਨੀ ਵਾਰੀ ਚਾਰੇ ਗਏ, ਜੇ ਹਰੇ ਝੰਡਾ ਹੋਰ ਝੰਡਾ ਕੋਈ ਲੱਗ ਗਿਆ ਸਮਝੋ ਮਾਰੇ ਗਏ, ਡਰ ਲੱਗਦਾ ਕਿਤੇ ਵਾਂਗ ਵਰਗਾੜੀ ਵਿਕਣਾ ਜਾਵੇ ਧਰਨਾ, ਪਹਿਲਾਂ ਇਹਨਾਂ ਨੇ ਸਾਡੇ 'ਚ ਵੜਨਾ, ਫਿਰ ਖੇਰੂ ਖੇਰੂ ਕਰਨਾ, ਕੋਈ ਛੋਟੀ ਮੋਟੀ ਗੱਲ ਨਹੀਂ ਸੀ, ਸਿਅੰਗ ਗੁਰੂ ਦੇ ਪਾੜੇ ਗਏ, ਜੇ ਹਰੇ ਝੰਡਾ ਹੋਰ ਝੰਡਾ ਕੋਈ ਲੱਗ ਗਿਆ ਸਮਝੋ ਮਾਰੇ ਗਏ, ਵਰਗਾੜੀ ਵੀ ਸਾਡਾ ਧਰਨਾ ਲੱਗਿਆ ਸੀ, ਇਹ ਕੁਛ ਰਾਜਨੀਤਿਕ ਲੋਕ ਵਿੱਚ ਵੜ ਕੇ ਫਿਰ ਉਸ ਧਰਨੇ ਨੂੰ ਚੁਕਾ ਲਿਆ ਇਹਨਾਂ ਨੇ, ਇੱਦਾਂ ਹੀ ਹੁਣ ਇਹ ਕਰਨ ਨੂੰ ਫਿਰਦੇ ਨੇ, ਪਰ ਹੁਣ ਲੋਕ ਬਹੁਤ ਜਾਗਦੇ। ਤੁਸੀਂ ਕਿਹਾ ਵੀ ਵਰਗਾੜੀ ਵਾਂਗੂ ਧਰਨਾ ਵੇਖਣਾ ਜਾਵੇ, ਲੋਕਾਂ ਦੀ ਐਨਰਜੀ ਲੱਗੀ ਆ, ਪੈਸਾ ਲੱਗਿਆ ਹੈਗਾ, ਟਾਈਮ ਲੱਗਿਆ, ਤੁਸੀਂ ਸਾਰਾ ਕੁਝ ਉੱਥੇ ਦੇਖ ਕੇ ਆਉਣੇ, ਤੁਸੀਂ ਵੀਡੀਓ ਬਣਾਉਣੇ ਹੋ, ਹਾਂਜੀ, ਤੁਹਾਨੂੰ ਕੀ ਲੱਗਦਾ ਵੀ ਜਿਹੜੀ ਗੱਲਬਾਤ ਰੁਕੀ ਹੋਈ ਆ ਸਰਕਾਰ ਦੇ ਨਾਲ, ਉਹਦੀ ਕੀ ਵਜ੍ਹਾ ਹੋ ਸਕਦੀ ਆ? ਦੇਖੋ ਜੀ, ਬਿਲਕੁਲ ਮੰਨੇ ਖੜੇ ਨੇ ਉਹ, ਹੁਣ ਉਹ ਕਹਿੰਦੇ ਵੀ ਸਾਥੋਂ ਕੋਈ ਨਾ ਕੋਈ ਗਲਤੀ ਹੋਵੇ, ਸਾਥੋਂ ਗਲਤੀਆਂ ਕਰਾਉਣ ਨੂੰ ਜਾਣ ਜਾਣ ਕੇ ਮੌਕਾ ਦਿੰਦੇ ਹਨ ਉਹ, ਪਰ ਅਸੀਂ ਮੌਕੇ ਦੇਣੇ ਨਹੀਂ, ਠੀਕ ਹੈ? ਦੇਖੋ, ਜੇ ਆਪਾਂ ਕਹਾਂਗੇ ਕਿ ਅੱਜ ਸਰਕਾਰ ਨਾਲ ਡਾਂਗਾ ਸੁੱਟਣਾ ਮੱਥਾ ਲਾ ਨਹੀਂ ਸਕਦੇ, AK-47 ਨੂੰ ਗਲੇਲ ਨਾਲ ਮਾਰਨ ਵਾਲੀ ਗੱਲ ਹੋ ਜੂਗੀ, ਪਰ ਅਸੀਂ ਤਾਂ ਜੇ ਮੈਂ ਤੁਹਾਡੇ ਤੋਂ ਪੈਸੇ ਲੈਣੇ ਨੇ, ਮੈਂ ਤੁਹਾਡੇ ਦਰਾਂ 'ਚ ਬਹਿ ਕੇ ਕਹਿ ਸਕਦਾ ਮੇਰੇ ਪੈਸੇ ਦੇ ਯਾਰ, ਜੇ ਜਾ ਕੇ ਮੈਂ ਤੁਹਾਡੇ ਗੇਟ ਤੋੜੇ, ਤੂੰ ਕਹੇਗਾ ਯਾਰ ਤੂੰ ਗੇਟ ਤੋੜ ਲੱਗ ਜਾ, ਮੈਂ ਤਾਂ ਦਿੰਦਾ ਨਹੀਂ, ਹੈ ਨਾ, ਸਾਡਾ ਸਬਰ ਪਰਖਣ ਨੂੰ ਫਿਰਦੇ ਨੇ, ਅਤੇ ਸਬਰ ਸਾਡੇ ਕੋਲ ਬਹੁਤ ਹੈ, ਮੈਨੂੰ ਸਿੱਖ ਪਿਆਰਾ ਨੇ, ਸਿੱਖ ਤੋਂ ਪਹਿਲਾਂ ਰਹਿਤ ਵੀ ਪਿਆਰੀ ਹੈ, ਰਹਿਤ ਵੀ ਰੱਖਣੀ ਆਪਾਂ ਨੇ, ਬਜ਼ੁਰਗਾਂ ਕੋਲ ਬਹੁਤ ਤਜਰਬੇ ਨੇ, ਮੈਂ ਤਾਂ ਕਹਿੰਦਾ ਕਿ ਵਰਾਤ ਦੇ ਵਿੱਚ ਵੀ ਇੱਕ ਬਜ਼ੁਰਗ ਲੈ ਕੇ ਜਾਣਾ ਬਹੁਤ ਜ਼ਰੂਰੀ ਹੈ, ਕਿਉਂਕਿ ਤਜਰਬੇ ਹੁੰਦੇ ਨੇ ਕੋਲ, ਪੁਰਾਣੀਆਂ ਕਹਾਣੀਆਂ ਨੇ, ਅਸੀਂ ਇਹਨਾਂ ਤੋਂ ਸਾਡੇ 'ਚ ਜੋਸ਼ ਵੱਧ ਹੋ ਸਕਦਾ, ਪਰ ਤਜਰਬਾ ਹਰੀ ਵੱਧ ਹੋ ਸਕਦਾ, 40-40 ਸਾਲ ਦਾ ਨੌਜਵਾਨਾਂ ਦਾ ਵੀ ਇਹ ਸਾਰੀ ਇੱਕ ਟੀਮ ਹੈ, ਚੇਂਜ ਸਿਸਟਮ ਹੈ, ਇੱਕ ਕੜੀ ਨਾਲ ਗੱਲ ਦਾ ਹਾਰ ਬਣਦਾ। ਦੇਸ਼ ਦੇ ਪ੍ਰਧਾਨ ਮੰਤਰੀ ਬੰਗਲਾਦੇਸ਼ ਗਏ ਹੋਏ ਨੇ, ਉਹ ਕੜੀ ਨੂੰ ਕਿਵੇਂ ਦੇਖ ਰਹੇ ਹੋ? ਬੰਗਾਲ ਗਏ ਹੋਏ ਜੀ, ਬੰਗਲਾਦੇਸ਼ ਗਏ, ਬੰਗਲਾਦੇਸ਼ ਉਹਦਾ ਤਾਂ ਕੰਮ ਹੀ ਇਹ ਹੈ ਜੀ, ਜਿੰਨੇ ਜਦੋਂ ਜਿੰਨਾ ਬੰਦਾ ਉੱਪਰ ਹੋ ਜਾਂਦਾ ਹੈ, ਉਹਨੂੰ ਦਰਦ ਪਿਆਰ ਮਹਿਸੂਸ ਹੋਣੋਂ ਹਟ ਜਾਂਦਾ, ਅਤੇ ਅੱਜ ਉਹਨੂੰ ਕੋਈ ਫਰਕ ਨਹੀਂ ਪੈਂਦਾ ਵੀ ਸਾਡੇ ਕਿੰਨੇ ਸ਼ਹੀਦ ਹੁੰਦੇ ਨੇ, ਉਹ ਤਾਂ ਪਹਿਲੀ ਗੱਲ ਤਾਂ ਇਹ ਦੇਖੋ ਵੀ ਕੋਈ ਧਰਮ ਨੂੰ ਅੱਗੇ ਲੈ ਕੇ ਜਾਣ ਵਾਲੇ ਬੰਦੇ, ਹੈ ਨਾ, ਹੁਣ ਮੈਂ ਕਹਿ ਨਹੀਂ ਤਾਂ ਕਿੱਡੇ ਕਿੱਡੇ ਬੁੱਤ ਕਿੰਨੇ ਕਿੰਨੇ ਪੈਸੇ ਲਾ ਕੇ ਕਰਤੇ, ਇਹ ਸਰਕਾਰਾਂ ਅੱਜ ਤੱਕ ਦਿੰਦੇ ਨੇ ਫੰਡ ਦੇਣੇ ਚਾਹੁੰਦੇ ਸਕੂਲਾਂ ਨੂੰ, ਕਾਲਜਾਂ ਨੂੰ, ਇਹ ਤਾਂ ਉਹ ਕਿਤੇ ਨਾ ਕਿਤੇ ਜਿਹੜਾ ਰਾਜ ਧਰਮ ਦੀ ਰਾਜਨੀਤੀ ਖੇਡਦਾ ਅਤੇ ਬੜਾ ਝੂਠਾ ਅਤੇ ਬੜਾ ਗੱਪੀ ਬੰਦਾ ਜੀ। ਜੀ, ਦੂਸਰੇ ਪਾਸੇ ਜੇ ਗੱਲ ਕਰਦੇ, ਤੁਸੀਂ ਆਪਣੇ ਬੇਟੇ ਦੀਆਂ ਵੀ ਬੜੀਆਂ ਵੀਡੀਓਜ਼ ਪਾਉਂਦੇ ਰਹਿੰਦੇ ਹੋ, ਜਵਾਕਾਂ ਦੀ ਜਿਹੜੀ ਪੜ੍ਹਾਈ ਆ ਉਹ ਕਰੋਨਾ ਕਾਲ ਦੇ ਵਿੱਚ ਖਰਾਬ ਬੜੀ ਹੋ ਰਹੀ ਆ, ਜਿਹੜਾ ਇਹ ਪੱਖ ਤੁਸੀਂ ਕਿਵੇਂ ਦੇਖ ਰਹੇ ਹੋ? ਸ਼ਰਾਬ ਦੇ ਠੇਕੇ ਖੁੱਲ੍ਹੇ ਨੇ, ਸਕੂਲ ਬੰਦ ਨੇ। ਬਾਈ ਜੀ, ਬਿਲਕੁਲ ਮੈਂ ਉਹੀ ਕਹਿੰਦਾ ਵੀ ਆਗਿਆਕਾਰੀ ਪੁੱਤ ਇਹਨਾਂ ਦਾ ਕਰੋਨਾ ਠੇਕਿਆਂ 'ਤੇ ਜਾਂਦਾ ਨਹੀਂ, ਇਹ ਸਕੂਲਾਂ ਜਾਂਦਾ ਹੈ, ਕਿਉਂਕਿ ਸਕੂਲ 'ਚ ਪੜ੍ਹਨਗੇ, ਜੇ ਪੜ੍ਹਨਗੇ ਤਾਂ ਜਵਾਬ ਮੰਗਣਗੇ, ਜੇ ਜਵਾਬ ਮੰਗਣਗੇ ਤਾਂ ਉਹਨਾਂ ਨੂੰ ਇਹਨਾਂ ਕੁਰਸੀਆਂ ਜਾਣਗੀਆਂ। ਇਹ ਕਦੋਂ ਚਾਹੁੰਦੇ ਨੇ ਵੀ ਅਸੀਂ ਪੜ੍ਹਿਆ ਸਾਡੇ ਜਵਾਕ ਪੜ੍ਹਨਾ, ਇਹ ਤਾਂ ਅਨਪੜ੍ਹ ਰੱਖਣਾ ਚਾਹੁੰਦੇ ਨੇ, ਅਤੇ ਹੁਣ ਤੱਕ ਸਾਨੂੰ ਲੁੱਟਿਆ ਵੀ ਗਿਆ, ਸਾਨੂੰ ਬਾਬੇ ਨਾਨਕ ਦੀ ਤੱਕੜੀ ਦਿਖਾ ਕੇ ਲੁੱਟਿਆ ਕਦੇ,
ਕਦੇ ਬਾਬੇ ਨਾਲ ਕਦੇ ਪੰਜਾ ਦਿਖਾ ਕੇ ਲੁੱਟਿਆ ਸਾਨੂੰ ਜੀ। ਪਰ ਜਿਹੜੇ ਲੋਕ ਇਸ ਰੈਲੀਆਂ ਨੂੰ ਜਾਂ ਇਸ ਕਿਸਾਨ ਸੰਮੇਲਨ ਨੂੰ ਰਾਜਨੀਤਿਕ ਧਿਰਾਂ ਦੇ ਨਾਲ ਜੋੜਦੇ ਨੇ ਵੀ ਇਹ ਵੀ MLA ਦੀਆਂ ਸੀਟਾਂ ਭਾਲਦੇ ਨੇ ਜਾਂ ਰਾਜਨੀਤਿਕ ਧਿਰ ਬਣਾਉਣੀ, ਇਹਨਾਂ ਨੂੰ ਉਹ ਕਿਵੇਂ ਦੇਖਦੇ ਹੋ? ਬਿਲਕੁਲ ਜੀ, ਇਹ ਨਾ ਜਿੱਤਣ ਖਾਤਰ ਕਦੇ ਮਸੀਤ ਢਾਇਆ ਕਰਨਗੇ, ਕਦੇ ਮੰਦਰ ਬਣਾਇਆ ਕਰਨਗੇ, ਕਦੇ ਮੰਦਰ ਢਾਇਆ ਕਰਨਗੇ, ਮਸੀਤ ਬਣਾਇਆ ਕਰਨਗੇ। ਇੱਕ ਐਤਕੀ ਇੱਦਾਂ ਕਹਿਣਗੇ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਦਿਓ ਜੇ ਜਿੱਤਣੇ, ਲੋਕਾਂ ਦਾ ਮਨ ਤਾਂ ਧਿਆਨ ਉੱਧਰ ਕਨਵਰਟ ਹੋ ਜਾਂਦਾ, ਫਿਰ ਉੱਥੇ ਹੀਰੋ ਬਣ ਜਾਂਦਾ ਆ ਕੇ ਬੰਦਾ, ਹੈ ਨਾ, ਫਿਰ ਉਸ ਇਹਨਾਂ ਦਾ ਹੁੰਦਾ ਬੰਦਾ ਉਹ ਮੁੜ ਕੇ ਉਹਨਾਂ ਨੇ ਕੁਰਸੀ 'ਤੇ ਬੈਠਣਾ ਹੁੰਦਾ। ਤੁਸੀਂ ਇਸ ਪੱਖ ਨੂੰ ਕਿਵੇਂ ਦੇਖਦੇ ਹੋ, ਤੁਹਾਡੀ ਵਿਚਾਰਧਾਰਾ ਕੀ ਕਹਿੰਦੀ ਹੈ ਵੀ ਜਿਹੜੇ ਇਹ ਲੀਡਰ ਨੇ ਇਹਨਾਂ ਨੂੰ ਵੋਟਾਂ ਵਾਲੀ ਰਾਜਨੀਤੀ 'ਚ ਆਉਣਾ ਚਾਹੀਦਾ, ਸਿਸਟਮ ਦਾ ਹਿੱਸਾ ਹੋਣਾ ਚਾਹੀਦਾ ਕਿ ਬਾਹਰ ਰਹਿ ਕੇ ਹੀ ਵਿਰੋਧ ਕਰਕੇ ਐਜੀਟੇਸ਼ਨਾਂ ਕਰਕੇ ਹੀ ਸਿਸਟਮ ਸੁਧਾਰਿਆ ਜਾ ਸਕਦਾ? ਬਿਲਕੁਲ ਬਿਲਕੁਲ ਜੀ, ਦੇਖੋ ਇਹ ਵੇਹ ਥੋੜ੍ਹੀਆਂ ਜਿਹੀਆਂ ਉੱਚੇ ਲੈਵਲ ਦੀਆਂ ਗੱਲਾਂ ਨੇ। ਮੈਂ ਗੀਤਕਾਰ ਬੰਦਾ, ਮੈਂ ਗੀਤ ਜਿੰਨਾ ਮੈਨੂੰ ਸਮਝਾ ਮੈਂ ਉਨਾ ਕਹਿ ਸਕਦਾ। ਕਈ ਵਾਰ ਮੌਕੇ ਦੀ ਸਥਿਤੀ ਕੁਛ ਹੁੰਦੀ, ਮੌਕਾ ਦੇਖ ਕੇ ਅਸੀਂ ਕੀ ਕਰਨਾ ਚਾਹੁੰਦੇ ਹਾਂ ਉਹ ਮਿਲਦਾ ਮੌਕੇ 'ਤੇ ਛੱਡ ਦੇਣਾ ਚਾਹੀਦਾ, ਮੌਕਾ ਦੇਖ ਦੇ ਕੇ ਕਹਿੰਦੇ ਹਾਂ ਪਹਿਲਾਂ ਫਿਲਹਾਲ ਆਪਾਂ ਬਿੱਲ ਵਾਪਸ ਕਰਵਾ ਲਈਏ, ਫਿਰ ਕਿਤੇ ਨਾ ਕਿਤੇ ਜਾ ਕੇ ਦੇਖਦੇ ਕੀ ਕਰਨਾ। ਨਹੀਂ ਚਲਾਕੀ, ਕਮੈਂਟ ਆਉਣਗੇ ਜ਼ਰੂਰ, ਪਰ ਮੈਂ ਕਹਿੰਦਾ ਜੇ ਮੈਂ ਅੱਜ ਮੂੰਹ ਖੋਲਤਾ ਹੋ ਸਕਦਾ ਉਹਨਾਂ ਦੇ ਕੀ ਰਾਏ ਹੈ, ਕੀ ਸਲਾਹ ਹੈ, ਹੈਨਾ। ਮੈਂ ਤਾਂ ਕਹਿੰਦਾ ਵੀ ਚੰਗੇ ਲੀਡਰ ਆਉਣੇ ਚਾਹੀਦੇ ਨੇ, ਚੰਗੇ ਲੀਡਰ ਆਉਣੇ ਚਾਹੀਦੇ ਨੇ, ਚੰਗੇ ਲੀਡਰ ਇਹਨਾਂ 'ਚੋਂ ਲੀਡਰ ਪੈਦਾ ਹੋਣਗੇ ਅਤੇ ਹੋਣੇ ਚਾਹੀਦੇ ਨੇ, ਫਿਰ ਹੀ ਕਿਤੇ ਗੰਦ ਨਿਕਲੂਗਾ ਸਾਡਾ। ਧੰਨਵਾਦ ਜੀ, ਤੁਸੀਂ ਟਾਈਮ ਦਿੱਤਾ।